ਸਭ ਤੋਂ ਪਹਿਲਾਂ ਤਾਂ ਮੈਂ ਇਸ ਵੀਡੀਓ ਰਾਹੀਂ ਜਿੰਨੇ ਵੇਖਣ ਵਾਲੇ ਮੇਰੇ ਵੀਰ ਨੇ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨੰਬਰ 2 ਤੇ ਕਿਉਂਕਿ ਅੱਜ ਮਦਰ ਡੇ ਜੀ ਨੂੰ ਮਾਤਾ ਧਰਤ ਮਾਤਾ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਖਿਆ, ਔਰ ਮਾਂ ਦੀ ਫਰਟੈਲਿਟੀ ਜਿਹੜੀ ਆ ਉਹ ਪਾਣੀ ਪਿਤਾ ਨਾਲ ਹੀ ਹੁੰਦੀ ਹੈ, ਅਤੇ ਪਾਣੀ ਪਿਤਾ ਅੱਜ ਪੰਜਾਬ ਦਾ ਕਿਸ ਤਰ੍ਹਾਂ ਨਾਲ ਹੋ ਗਿਆ ਉਹ ਅਸੀਂ ਸਾਰੇ ਜਾਣਦੇ ਹਾਂ ਭਲੀ ਭਾਂਤ। ਇਹਦੇ ਇਲਾਜ ਲਈ ਮੈਨੂੰ ਲੱਗਦਾ ਵੀ ਜੇ ਅਸੀਂ ਇਹ ਸਮਝ ਲਾਂਗੇ ਵੀ ਮਾਂ ਦਾ ਸਤਿਕਾਰ ਪਿਓ ਦਾ ਪਿਆਰ, ਪਿਓ ਦਾ ਸਤਿਕਾਰ ਮਾਂ ਦਾ ਪਿਆਰ, ਸਤਿਕਾਰ ਅਤੇ ਪਿਆਰ ਦੋਨਾਂ ਦੇ ਵਿੱਚ ਜਿਹੜੀ ਅਗਲੀ ਜ਼ਿੰਮੇਵਾਰੀ ਪਈ ਹੈ, ਕਿਉਂਕਿ ਜਦੋਂ ਅਸੀਂ ਬੁੱਢੇ ਹੋਵਾਂਗੇ ਨਾ ਉਸ ਵੇਲੇ ਸਾਨੂੰ ਫਿਰ ਕੋਈ ਡੰਗੋਰੀ ਵਾਲਾ ਚਾਹੀਦਾ, ਤਾਂ ਜੇ ਅੱਜ ਅਸੀਂ ਇਸ ਮਾਂ ਦੇ ਪੁੱਤ ਬਣ ਕੇ ਜੀਵਾਂਗੇ ਜਾਂ ਇਸ ਪਿਓ ਦੇ ਪੁੱਤ ਬਣ ਕੇ ਜੀਵਾਂਗੇ ਫਿਰ ਸਾਡੇ ਪੁੱਤ ਵੀ ਸਾਨੂੰ ਮਾਂ ਪਿਓ ਵਾਂਗੂ ਪਿਆਰ ਅਤੇ ਸਤਿਕਾਰ ਦੇਣਗੇ। ਉਹਦੇ ਲਈ ਅੱਗੇ ਆ ਗਈ ਗੱਲ ਯਤਨਾਂ ਦੀ। ਯਤਨਾਂ ਲਈ ਜਿੰਨਾ ਮੈਨੂੰ ਪਾਣੀ ਲੋੜੀਂਦਾ ਓਨਾ ਵਰਤ ਕੇ ਮੈਂ ਦੂਜਿਆਂ ਨੂੰ ਅਵੇਅਰ ਕਰਾਂ, ਸਾਵਧਾਨ ਕਰਾਂ, ਪਿਆਰ ਨਾਲ ਸੁਨੇਹਾ ਦੇਵਾਂ ਕਿ ਜੇ ਪਾਣੀ ਅਸੀਂ ਇਹਨੂੰ ਟ੍ਰੀਟਮੈਂਟ ਪਲਾਨ ਜਾਂ ਉਸ ਬਹੁਤ ਸਾਰੇ ਢੰਗ ਨੇ ਲੱਭਿਆ ਜਾ ਸਕਦਾ ਉਹਨਾਂ ਯਤਨਾਂ ਰਾਹੀਂ ਜਿਹੜਾ ਪੰਜਾਬ ਹੈ, ਕਿਉਂਕਿ ਪੰਜਾਬ ਪੰਜਾਬੀਆਂ ਦਾ ਗੁਰੂ ਦੇ ਵਾਸਤੇ ਨਾਂ ਦਾ ਹੈ, ਅਤੇ ਗੁਰੂ ਤੇ ਇੰਪੋਸੀਬਿਲਟੀ ਨੂੰ ਕਹਿ ਦਿੰਦਾ ਆਈ ਐਮ ਪੋਸੀਬਲ, ਗੁਰੂ ਤੇ ਅਸੰਭਵਤਾ ਨੂੰ ਵੀ ਕਹਿੰਦਾ ਹੈਗਾ ਕਿ ਅਸੰਭਵਤਾ ਦਾ ਮਤਲਬ ਹੈ ਤੂੰ ਫੀਲ ਕਰ ਰਿਹਾ, ਬਸ ਇਹਨੂੰ ਸੰਭਵ ਬਣਾਉਣਾ, ਅਤੇ ਸੰਭਵ ਬਣਾਉਣ ਵਾਸਤੇ ਇੱਕ ਓਮਕਾਰ ਨਾਲ ਜੁੜਿਆ, ਵਾਹਿਗੁਰੂ ਜੀ ਦੇ ਖਾਲਸੇ ਨਾਲ ਜੁੜਿਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਕੁਛ ਵਕਤਾਵਾਂ ਨੇ ਹੁਣੇ ਦੱਸਿਆ ਗਿਆ ਕਿ ਅਸੀਂ ਸੁਣਿਆ ਕਿ ਆਉਣ ਵਾਲੇ 20 ਸਾਲਾਂ ਬਾਅਦ ਪੰਜਾਬ ਦੀ ਧਰਤੀ ਜਿਹੜਾ ਪਾਣੀ ਖਤਮ ਹੋ ਜਾਏਗਾ ਜੀ, ਕੀ ਬਚਾਅ ਕਰ ਸਕਦੇ ਆਪਾਂ? ਉਹਦੇ ਲਈ ਬਚਾਅ ਇਹ ਹੈ, ਸਭ ਤੋਂ ਪਹਿਲੀ ਗੱਲ ਤਾਂ ਕਿ ਪਾਣੀ ਦੇ ਅਸੀਂ ਇਸ ਗੱਲ ਨੂੰ ਸਮਝੀਏ ਕਿ ਪਾਣੀ ਖੇਤੀ ਲਈ ਵਰਤਣ ਦਾ ਮਤਲਬ ਸਿਲ ਨਾਟ ਫਲੱਡ ਇਰੀਗੇਸ਼ਨ, ਬਟ ਫਲੱਡ ਇਰੀਗੇਸ਼ਨ ਜੇ ਅੱਜ ਸਾਡਾ ਸਾਈਕੋ ਬਣ ਗਿਆ ਤਾਂ ਇਹਨੂੰ ਰੀਚੇਂਜ ਕਰਨ ਵਾਸਤੇ ਜਿਹੜੀ ਸਾਡੀ ਯੂਨੀਵਰਸਿਟੀਜ਼ ਨੇ ਜਾਂ ਸਾਡੇ ਇੰਸਟੀਟਿਊਸ਼ਨ ਉਹ ਅਵੇਅਰ ਕਰਨ, ਪਲੱਸ ਨਾਲ ਨਾਲ ਜਿਹੜੇ ਅਸੀਂ ਇਲਟਰੇਟ ਹੈਗੇ ਜਾਂ ਜਿਹੜੇ ਅਸੀਂ ਖੇਤੀ ਦੇ ਨਾਲ ਸਕਿੱਲ ਕਰਕੇ ਜੁੜੇ ਹੋਏ ਹਾਂ ਤਾਂ ਅਸੀਂ ਉਹਨਾਂ ਦੇ ਨਾਲ ਸ਼ੇਅਰ ਕਰੀਏ, ਅਤੇ ਮੈਨੂੰ ਲੱਗਦਾ ਇਹਦੇ ਨਾਲ ਕਾਫੀ ਹੱਲ ਹੋ ਸਕਦਾ। ਮਦਰ ਡੇ ਹੈ, ਮਦਰ ਡੇ ਦੇ ਉੱਪਰ ਸਾਡੀਆਂ ਮੋਗਾ ਜ਼ਿਲ੍ਹੇ ਦੇ ਐਨ ਜੀ ਓ ਨੇ ਇੱਕ ਪਿੱਛੇ ਜਿਹੀ ਮੀਟਿੰਗ ਕਰਕੇ ਫੈਸਲਾ ਕੀਤਾ ਸੀਗਾ ਕਿ ਅੱਗੇ ਧਰਤੀ ਸਾਡੀ ਮਾਤਾ, ਉਸ ਨੂੰ ਬਚਾਉਣ ਵਾਸਤੇ, ਵਾਤਾਵਰਨ ਨੂੰ ਬਚਾਉਣ ਵਾਸਤੇ, ਪਾਣੀ ਨੂੰ ਬਚਾਉਣ ਵਾਸਤੇ ਇੱਕ ਇਸ ਦਿਨ ਦੇ ਉੱਤੇ ਪਰਟੀਕੁਲਰ ਸੈਮੀਨਾਰ ਰੱਖਿਆ ਜਾਵੇ। ਸੋ ਇਸ ਨੂੰ ਮੁੱਦ ਰੱਖਦੇ ਹੋਏ ਸਾਡੀਆਂ ਸਾਰੀਆਂ ਮੋਗਾ ਜ਼ਿਲ੍ਹਾ ਦੀਆਂ ਸੰਸਥਾਵਾਂ ਨੇ ਇਕਮੁੱਠ ਹੋ ਕੇ ਅੱਜ ਇਸ ਦਾ ਆਯੋਜਨ ਕੀਤਾ ਜਿਸ ਵਿੱਚ ਬਹੁਤ ਵੱਡੇ ਵੱਡੇ ਬੁਲਾਰੇ ਆਏ ਆ, ਅਤੇ ਅਸੀਂ ਇਨਵਾਇਰਮੈਂਟ ਬਚਾਉਣ ਵਾਸਤੇ, ਪਾਣੀ ਬਚਾਉਣ ਵਾਸਤੇ, ਧਰਤੀ ਬਚਾਉਣ ਵਾਸਤੇ ਬਹੁਤ ਵੱਡਾ ਇੱਕ ਸੈਮੀਨਾਰ ਕੀਤਾ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਾਡੀ ਧਰਤੀ ਬਚੂ, ਪਾਣੀ ਬਚੂ, ਵਾਤਾਵਰਨ, ਤਾਂ ਹੀ ਸਾਡਾ ਜੀਵਨ ਬਚੂ, ਅਦਰਵਾਈਜ਼ ਸਾਡਾ ਜੀਵਨ ਜਿਹੜਾ ਇਹ ਬਹੁਤ ਖਤਰੇ ਦੇ ਵਿੱਚ ਜਾ ਰਿਹਾ। ਸੋ ਇਸ ਵਿਸ਼ੇ ਦੇ ਉੱਤੇ ਅੱਜ ਅਸੀਂ ਇੱਕ ਸੈਮੀਨਾਰ ਜਿਹੜਾ ਫੋਲੋ ਕੀਤਾ। ਬਸ ਸਭ ਕੁਛ ਵਕਤਾਵਾਂ ਨੇ ਇਹ ਵੀ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ ਜਦੋਂ ਪਾਣੀ ਹੈਗਾ ਸਿਰਫ 10 ਸਾਲਾਂ ਵਾਸਤੇ ਸੀਮਤ ਰਹਿ ਗਿਆ, ਇਹਦਾ ਕੀ ਮਤਲਬ ਹੈ? ਉਹ ਜਿਹੜਾ ਅੰਡਰਗਰਾਊਂਡ ਵਾਟਰ ਕਮਿਸ਼ਨ ਹੈ, ਮੈਂ ਉਹਦਾ ਮੈਂਬਰ ਵੀ ਹਾਂ, ਜੋ ਉਹਨਾਂ ਦੇ ਫਿਗਰ ਦਿੱਤੇ ਆ, ਸਾਇੰਟਿਸਟ ਆ ਉਹਨਾਂ ਦੇ, ਉਹ ਇਹ ਦੱਸਦੇ ਆ ਕਿ ਪੰਜਾਬ ਦੇ ਜਿਹੜਾ ਪਾਣੀ ਹੈ 20 ਸਾਲ ਤੱਕ ਖਤਮ ਹੋ ਜਾਣਾ ਹੈ। ਜਿਵੇਂ ਮੈਂ ਪਿਛਲੀ ਜੀ ਦੱਸਿਆ ਸੀ ਕਿ ਕੇਪ ਟਾਊਨ ਅਫਰੀਕਾ ਸ਼ਹਿਰ ਦਾ ਇੱਕ ਆਪਣਾ ਸਿਟੀ ਹੈ ਜਿੱਥੇ ਪਿਛਲੇ ਅਪ੍ਰੈਲ ਦੇ ਵਿੱਚ 18 ਦੇ ਵਿੱਚ ਉਹਨੂੰ ਡਰਾਈ ਕੋਸਟ ਕਰ ਦਿੱਤਾ। ਸਾਡੇ ਪੰਜਾਬ ਦੇ ਵਿੱਚ ਵੀ ਜਿੰਨੇ ਬਲੋਕ ਆ ਉਹਨਾਂ ਵਿੱਚੋਂ ਬਹੁਤ ਅੱਧਰੋਂ ਜ਼ਿਆਦਾ ਬਲੋਕ ਜਿਹੜੇ ਕਮਿਸ਼ਨ ਵੱਲੋਂ ਡਰਾਈ ਕੋਸਟ ਕੀਤੇ ਗਏ ਹੈਗੇ ਆ, ਇਹ ਇੱਥੇ ਪਾਣੀ ਜਿਹੜਾ ਉਹ ਬਹੁਤ ਨੀਚੇ ਚਲਾ ਚੁੱਕਾ ਅਤੇ ਪਾਣੀ ਨੂੰ ਬਚਾਉਣ ਵਾਸਤੇ ਸਾਨੂੰ ਉਪਰਾਲੇ ਕਰਨਾ।